ਬਾਈ ਕਿਵੇਂ ਦੇਖਦਾ ਯਾਰ ਇੰਨਾ ਇਕੱਠ ਹੈ ਨਾ ਬਾਈ ਯਾਰ, ਮੈਂ ਤਾਂ ਐਂ ਕਹਿੰਦਾ ਮੋਦੀ ਨੂੰ ਵੀ ਯਾਰ ਤੂੰ ਇਹਨਾਂ ਨਾਲ ਕਾਹਨੂੰ ਪੰਗਾ ਲੈ ਲੈ, ਇਹਨਾਂ ਦਾ ਪਤੰਦਰਾਂ ਦਾ ਐਂ ਨਹੀਂ ਪਤਾ ਲੱਗਦਾ ਹੈਗਾ, ਕੋਈ 1000 ਟਰਾਲੀ ਕਹੀ ਜਾਂਦਾ, ਕੋਈ 2000 ਕਹੀ ਜਾਂਦਾ, ਕੋਈ 10000 ਕਹੀ ਜਾਂਦਾ, ਪਤਾ ਹੀ ਲੱਗਦਾ ਮੈਂ ਵੀ ਮੋਦੀ ਆ ਤੂੰ ਇਹਨਾਂ ਨਾਲ ਕਾਹਤੋਂ ਪੰਗਾ ਲੈ ਲਿਆ, ਪਤੰਦਰਾਂ ਟਰੈਕਟਰਾਂ ਨੂੰ ਵੀ 2 ਟਾਇਰਾਂ ਦੇ ਕਰਕੇ ਲੈ ਜਾਂਦੇ ਨੇ ਜਿਹੜੇ ਇੰਨੇ ਪੁਰਾਣੇ ਟਰੈਕਟਰ ਜਾ ਰਹੇ ਨੇ, ਮਤਲਬ ਉਹ ਦੇਖੋ ਜਿਵੇਂ ਅਸਰ ਜਾ ਰਹੇ ਨੇ ਜਿਸ ਟਾਈਮ ਦਾ ਮੇਰਾ ਜਨਮ ਮਹੀਨ ਹੋਇਆ ਸੀਗਾ, ਇਹ ਮਤਲਬ ਹਾਂ ਚਲੇ ਜਾਣਗੇ ਜੀ ਉਹ ਸਾਡੇ ਸਾਰੇ ਕਿਸਾਨ ਭਰਾ ਅਤੇ ਦਿੱਲੀ ਵੱਲ ਨੂੰ ਇਸ ਵਕਤ ਕੂਚ ਕਰ ਰਹੇ ਨੇ, ਅਤੇ ਉੱਧਰੋਂ ਹਰਿਆਣਾ ਸਰਕਾਰ ਵੱਲੋਂ ਰੋਕਾਂ ਲੱਗ ਰਹੀਆਂ ਨੇਗੀਆਂ, ਅਤੇ ਅਥਰੂ ਗੈਸ ਅਤੇ ਪਾਣੀ ਦੀਆਂ ਪਛਾੜਾਂ ਕੀਤੀਆਂ ਜਾ ਰਹੀਆਂ ਨੇ। ਬਿਲਕੁਲ ਜੀ ਬਿਲਕੁਲ 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 ਕੀ ਲੱਗਦਾ ਬਾਈ ਪੱਟ ਦੇਣਗੇ, ਮਗਾ ਯਾਰ ਪਤਾ ਹੀ ਲੱਗਣਾ ਇਹਦਾ ਵੀ ਕਦੋਂ ਲੰਘੇ, ਇਹਦਾ ਪਾਰ ਹੀ ਹੈਗਾ ਵਾ ਭਸਮੀ ਆ ਸਾਰਾ ਕੁਛ, ਜਦੋਂ ਕਿਰਾ ਮੈਥ ਲਿਆ ਜਦੋਂ ਛੱਡਤਾ ਚਕਾਰਾ। ਹਾਂ ਹਾਂ ਬਿਲਕੁਲ ਬਿਲਕੁਲ, ਤੇ ਆਹ ਸਾਰਾ ਟੈਂਟ ਵਾਲਾ ਜਿਹੜੀ ਜਿਹਦੇ ਸਟੇਜ ਲੱਗਣੀ ਆ ਇਹ ਸਾਰਾ ਉਹੀ ਸਮਾਨ ਹੈਗਾ, ਤੇ ਬਿਲਕੁਲ ਜੀ ਬਿਲਕੁਲ ਬਿਲਕੁਲ। ਬਾਪੂ ਪੱਟ ਦੋਗੇ ਫਿਰ ਮੂਹਰੋਂ ਬੈਰੀਕੇਡ ਉਧਰੋਂ, ਫਿਰ ਮੂਹਰੋਂ ਗੋਲੇ ਚੱਲ ਰਹੇ ਨੇ ਪਾਣੀ ਸਿੱਟਿਆ ਜਾ ਰਿਹਾ, ਪਹਿਲਾਂ ਵਰਗਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਦੁਬਾਰਾ ਕਿ ਨਹੀਂ ਬਾਪੂ? ਲਓ ਜੀ ਤੁਸੀਂ ਦੇਖਦੇ ਪਿਓ ਸਾਡੇ ਬਜ਼ੁਰਗਾਂ ਦੇ ਵਿੱਚ ਬਹੁਤ ਜਜ਼ਬਾ ਗਾ, ਅਤੇ ਬਹੁਤ ਦੂਰੋਂ ਦੂਰੋਂ ਸਾਰੇ ਵੱਡੇ ਕਾਫਲੇ ਦੇ ਵਿੱਚ ਵੱਡੇ ਭੈਣ ਭਰਾ ਸਾਡੇ, ਦੇਖੋ ਕਮਾਲ ਦੀ ਗੱਲ, ਉਹ ਖੇਤਾਂ ਦੇ ਵਿੱਚ ਇੱਧਰ ਤੁਸੀਂ ਦੇਖਦੇ ਪਿਓ ਜਿੱਥੇ ਤੱਕ ਮੈਂ ਜ਼ੂਮ ਕਰਕੇ ਦਿਖਾਉਣਾ, ਮੋਟਰਸਾਈਕਲ ਪਤੰਦਰਾਂ ਨੇ ਸਫੈਦਿਆਂ ਦੇ ਚੜ੍ਹਨ ਵਾਲੇ ਕਰਕੇ, ਇਹ ਦੇਖੋ ਜੀ ਜਿੱਥੇ 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 ਤੱਕ ਤੁਹਾਡੀ ਨਜ਼ਰ ਜਾਂਦੀ ਹੈ ਮੋਟਰਸਾਈਕਲ ਟਰੈਕਟਰ ਟਰਾਲੀਆਂ ਤਮਾਮ ਵਹੀਕਲ ਸਾਰੀਆਂ ਜਥੇਬੰਦੀਆਂ ਵੱਲੋਂ ਲਓ ਜੀ ਆ ਜਾਓ ਸਟੇਜ ਵੱਲ ਨੂੰ ਚੱਲਦੇ ਹਾਂ ਕਿਤੇ ਤੁਹਾਨੂੰ ਦਿਖਾਉਂਦੇ ਹਾਂ, ਆ ਜਾਓ ਲਓ ਜੀ ਜਿੱਥੋਂ ਤੱਕ ਆਪਣੇ ਹੱਕਾਂ ਲਈ ਕਿਸਾਨ ਜੂਝਦੇ ਹੋਏ ਮੁੜਿਆ ਨਹੀਂ ਜਾਣਾ ਬਾਈ, ਬਾਹਲਾ ਇਕੱਠ ਹੋਏ ਮੋਟਰਸਾਈਕਲ ਨਾਲ ਲੈ ਕੇ ਜਾਓ।